ਭਲਾ ਸੰਜੋਗ ਮੂਰਤ ਪਲ ਸੱਚਾ ਅਬ ਚਲ ਨੀਮ ਰਖਾਈ ਤੁਸੀਂ ਬਿਰਤੀ ਅੱਜ ਆਨੰਦਪੁਰ ਸਾਹਿਬ ਲੈ ਜਾਇਓ ਉਹ 350 ਸਾਲਾ ਨੀਂਹ ਰੱਖੀ ਜਿਹੜੀ ਸਥਾਪਨਾ ਭਲਾ ਸੰਜੋਗ ਮੂਰਤ ਪਲ ਸਾਚਾ ਅਬ ਚਲ ਨੀਮ ਰਖਾਈ ਅਬ ਚਲ ਨੀਮ ਰਖਾਈ ਜਨ ਨਾਨਕ ਪ੍ਰਭ ਭਏ ਦਿਆਲਾ ਜਨ ਨਾਨਕ ਪ੍ਰਭ ਭਏ ਦਿਆਲਾ ਸਰਬ ਕਲਾ ਬਣਿਆਈ ਸਰਬ ਕਲਾ ਬਣਿਆਈ ਭਲਾ ਸੰਜੋਗ ਮੂਰਤ ਪਲ ਸਾਚਾ ਭਲਾ ਸੰਜੋਗ ਮੂਰਤ ਪਲ ਸਾਚਾ ਅਬ ਚਲ ਨੀਮ ਰਖਾਈ ਅਬ ਚਲ ਨੀਮ ਰਖਾਈ ਰਖਾਈ ਅਬ ਚਲ ਨੀਮ ਰਖਾਈ ਅਬ ਚਲ ਨੀਮ ਹਰ ਜਪੇ ਹਰ ਮੰਦਿਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹਰ ਜਪੇ ਹਰ ਮੰਦਿਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਸਜਾਵੇ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੇ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉੱਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਓ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ
कथिया कथ कहानी कथिया कथ पला संजो मूरत पल साचा पला संजोग मूरत पल साचा अब चलनी मूरथाई अब चलनी ज्ञान नानक प्रभ पे दयाला ज्ञान नानक प्रभ दयाला ज्ञान नानक प्रभ पे दयाला सर्व कला बणयाई सर्व कला बणयाई पला संजोग मूरत पल साचा पला संजोग पल साचा अब जलनी मरथाई 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 अब जलनी Oh.
ਅੱਜ ਦਾ ਕੀਰਤਨ ਸਭ ਨੂੰ ਪਤਾ ਹੈ 350 ਸਾਲਾ ਸ਼੍ਰੀ ਅਨੰਦਪੁਰ ਸਾਹਿਬ ਦਾ ਸਥਾਪਨਾ ਦਿਵਸ ਉਹ ਦਿਨ ਨੇ ਸਥਾਪਨਾ ਕਹਿੰਦੇ ਨਹੀਂ ਰੱਖਣੀ ਸਥਾਪਨਾ ਕੀਤੀ ਆਏ ਸ਼ਬਦ ਲਿਆ ਭਲਾ ਸੰਯੋਗ ਮੂਰਤ ਪਲ ਸਾਚਾ ਅਵਚਲ ਨੀਉ ਰਖਾਈ ਬਿਲਾਸਪੁਰ ਦਾ ਰਾਜਾ ਉਹ ਚੜ੍ਹਾਈ ਕਰ ਗਿਆ ਸੀ ਉਹਦੀ ਰਾਣੀ ਡੂੰਗਰ ਚੰਪਾ ਮਹਾਰਾਜ ਜੀ ਉਹਦੇ ਅੰਤਮ ਸਮੇਂ ਤੇ ਗਏ ਰਾਜੇ ਦੇ ਤੇ ਉਹਨੇ ਫਿਰ ਬੇਨਤੀ ਕੀਤੀ ਰਾਣੀ ਨੇ ਕਿ ਮਹਾਰਾਜ ਆਹ ਜਗ੍ਹਾ ਜਿਹੜੀ ਹੈ ਉਜੜੀ ਪਈ ਹੈ ਇਹਨੂੰ ਆਬਾਦ ਕਰੋ ਇਹ ਹੁਣ ਜਿਹੜੀ ਜਗ੍ਹਾ ਆਨੰਦਪੁਰ ਸਾਹਿਬ ਲਈ ਆਬਾਦ ਕਿਉਂ ਨਹੀਂ ਸੀ ਹੋ ਰਹੀ ਗਲਤ ਚੀਜ਼ਾਂ ਦਾ ਵਾਸਾ ਸੀ ਔਰ ਨਾ ਸੀ ਮਾਖੋਵਾਲ ਧਰਤੀ ਦਾ ਮਾਖੋਵਾਲ ਦੈਂਤ ਸੀ ਇਹਦੀਆਂ ਅੱਗੋਂ ਫੌਜਾਂ ਵੀ ਸੀ ਉੱਥੇ ਫਿਰ ਵਸਣ ਨਹੀਂ ਸੀ ਦਿੰਦਾ ਕਿਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਰਾਣੀ ਨੂੰ ਕਹਿਣ ਲੱਗੇ ਵੀ ਇਹ ਜਗ੍ਹਾ ਨੂੰ ਵਸਾਵਾਂਗੇ ਜ਼ਰੂਰ ਆਬਾਦ ਕਰਾਂਗੇ ਜ਼ਰੂਰ ਤੂੰ ਦੇ ਰਹੀ ਹੈ ਤੇਰੇ ਕੋਲੋਂ ਲਵਾਂਗੇ ਵੀ ਜ਼ਰੂਰ ਪਰ ਮੁੱਲ ਲਵਾਂਗੇ ਆਖੋ ਸਤਨਾਮ ਮਾਇਆ ਦੇ ਕੇ ਲਵਾਂਗੇ ਮੁੱਲ ਲਵਾਂਗੇ ਕੱਲ ਨੂੰ ਤੇਰੀ ਪੀੜ੍ਹੀ ਵਿੱਚੋਂ ਕੋਈ ਇਹ ਨਾ ਕਹੇ ਸਾਡੀ ਜਗ੍ਹਾ ਤੇ ਕਬਜ਼ਾ ਕਰ ਲਿਆ ਉਹ ਫਿਰ ਮਹਾਰਾਜ ਨੇ ਜਗ੍ਹਾ ਸਾਰੀ ਰਜਿਸਟਰੀ ਕਰਾਈ ਹੁਣ ਉਹ ਦਿਨ ਜਾ ਰਹੇ ਨੇ ਬਹੁਤ ਸਾਰੇ ਪ੍ਰਚਾਰਕ ਦੱਸ ਰਹੇ ਵੀ ਤਾਂਬੇ ਦੇ ਪੱਤਰਿਆਂ ਤੇ ਰਜਿਸਟਰੀ ਹੁੰਦੀ ਸੀ ਲਿਖੀ ਤਾਂਬੇ ਦੇ ਪੱਤਰਿਆਂ ਉਦੋਂ ਦਾ 2200 ਰੁਪਈਆ ਉਸ ਸਮੇਂ ਦਾ ਕਿਧਰੇ ਗਿਣਤੀ ਥੋੜੀ ਵੱਧ ਘੱਟ ਵੀ ਲਿਖੀ ਤੇ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬੁੱਢਾ ਸਾਹਿਬ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਕੋਲੋਂ ਉਹ ਵੀ ਬ੍ਰਹਮ ਆਤਮਾ ਸੀ ਉਹਨਾਂ ਕੋਲੋਂ ਸਾਧ ਸੰਗਤ ਜੀ ਇਹ ਨੀਂਹ ਰਖਵਾਈ ਜਿਹੜਾ ਹੁਣ ਤੁਸੀਂ ਸਾਰੇ ਪਾਸੇ ਵੇਖੋ ਉਤਸ਼ਾਹ ਵੇਖ ਰਹੇ ਹੋ ਸਥਾਪਨਾ ਦਿਵਸ 350 ਸਾਲਾ ਸ਼੍ਰੋਮਣੀ ਕਮੇਟੀ ਤਖ਼ਤ ਸਾਹਿਬਾਨ ਸਿੰਘ ਸਾਹਿਬਾਨ ਦਿੱਲੀ ਕਮੇਟੀ ਸਾਰੇ ਬੜੇ ਪਿਆਰ ਨਾਲ ਸੰਤ ਮਹਾਂਪੁਰਸ਼ ਨਿਹੰਗ ਸਿੰਘ ਜਥੇਬੰਦੀਆਂ ਅੱਜ ਮਨ ਆਇਆ ਵੀ ਇੱਥੇ ਵੀ ਉਹ ਹਾਜ਼ਰੀ ਲੱਗੇ ਉਹ ਫਿਰ ਜਦੋਂ ਬਾਬਾ ਗੁਰਦਿੱਤਾ ਜੀ ਬਾਬਾ ਬੁੱਢਾ ਸਾਹਿਬ ਦੇ ਪੋਤਰੇ ਕੋਲੋਂ ਨੀਂਹ ਰਖਾਈ ਗੁਰੂ ਤੇਗ ਬਹਾਦਰ ਕੋਲ ਖੜੇ ਤੇ ਉਦੋਂ ਫਿਰ ਇਹਦਾ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮਾਤਾ ਜਿਹਦੀ ਬਹੁਤ ਕਮਾਈ ਸੀ ਉਹਨਾਂ ਦੇ ਨਾਂ ਤੇ ਇਹਦਾ ਨਾਂ ਰੱਖਿਆ ਚੱਕ ਨਾਨਕੀ ਆਖੋ ਸਤਨਾਮ ਕਹਿ ਦਿਓ ਇੱਕ ਵਾਰੀ ਪਿਆਰ ਨਾਲ ਮੇਰਾ ਘਰ ਬਣਿਆ ਮੇਰਾ ਘਰ ਬਣਿਆ ਮੇਰਾ ਘਰ ਬਣਿਆ ਮੇਰਾ ਘਰ ਬਣਿਆ ਮੇਰਾ Thank you.
ਪਟਨਾ ਸਾਹਿਬ ਤੋਂ ਆਪਣੇ ਪਿਤਾ ਦੇ ਦਰਸ਼ਨ ਕੀਤੇ ਹੀ ਨਹੀਂ। ਉਮਰ ਕਿੰਨੀ ਹੋ ਗਈ? ਇਸ ਜਗ੍ਹਾ ਤੇ ਆਏ ਜਦੋਂ ਚੱਕ ਨਾਨਕੀ, ਜਿਹਨੂੰ ਅੱਜ ਅਸੀਂ ਆਨੰਦਪੁਰ ਸਾਹਿਬ ਕਹਿੰਦੇ ਹਾਂ, ਕਹਿੰਦੇ ਅੰਦਰ ਵੜੇ ਹੀ ਹੈ ਨਾ ਜਦੋਂ ਆਨੰਦਪੁਰ ਦੀ ਧਰਤੀ ਚੱਕ ਨਾਨਕੀ ਤੇ। ਗੁਰੂ ਤੇਗ ਬਹਾਦਰ ਜੀ ਨੇ, ਬਾਲਕ ਗੋਬਿੰਦ ਰਾਏ ਨੇ ਦਰਸ਼ਨ ਕੀਤੇ ਤੇ ਮੁੱਖ ਚੋਂ ਨਿਕਲਿਆ ਆਨੰਦ ਪਿਆ। ਬੋਲੋ ਆਨੰਦ ਪਿਆ, ਮੇਰੀ ਮਾਏ ਸਤਿਗੁਰੂ ਮੈਂ ਆ ਨਿਕਲਿਆ। ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ। ਬਾਲ ਅਵਸਥਾ ਗੁਰੂ ਗੋਬਿੰਦ ਸਿੰਘ ਜੀ, ਆ ਸਾਹਮਣੇ ਪਿਤਾ ਜੀ ਖੜੇ ਗੁਰੂ ਤੇਗ ਬਹਾਦਰ, ਆ ਬਾਲ ਕਿੱਥੇ ਮੇਲ ਹੋਇਆ? ਸਾਰਾ ਆਨੰਦ ਸਾਹਿਬ ਦਾ ਪਾਠ ਇਸ ਵਿਰਾਗ ਵਿੱਚ, ਸਤਿਗੁਰੂ ਮੈਂ ਪਾਇਆ ਪਾਇਆ। ਸਾਡੇ ਪਿਤਾ ਗੁਰੂ ਤੇਗ ਬਹਾਦਰ ਸਰਵ ਸ਼ਕਤੀ ਦੇ ਮਾਲਕ ਉਸੇ ਵੇਲੇ ਕਹਿਣ ਲੱਗੇ, ਬਾਲਕ ਦੇ ਮੁੱਖ ਚੋਂ ਆਨੰਦ ਸਾਹਿਬ ਜੀ ਦੀਆਂ ਪੌੜੀਆਂ ਤੇ ਆਨੰਦ ਸਾਹਿਬ ਦਾ ਪਾਠ ਸੁਣ ਕੇ ਆ ਸਮਾਂ ਬੜਾ ਆਨੰਦ ਵਾਲਾ ਬਣਿਆ। ਅੱਜ ਤੋਂ ਇਸ ਧਰਤੀ ਦਾ ਨਾਂ ਹੀ ਆਨੰਦਪੁਰ ਸਾਹਿਬ ਹੋਇਆ। ਚੌਦੋਂ ਨਾਂ ਫਿਰ ਤੇਰੇ ਮੇਰਾ ਘਰ ਬਣਿਆ, ਮੇਰਾ ਘਰ ਬਣਿਆ, ਮੇਰਾ ਘਰ ਬਣਿਆ, ਮੇਰਾ ਘਰ ਬਣਿਆ। ਆਹਾ ਵਾਹ, ਓ ਮੇਰਾ ਘਰ ਬਣਿਆ, ਮੇਰਾ ਘਰ ਮੇਰਾ ਘਰ ਬਣਿਆ, ਮੇਰਾ ਘਰ ਬਣਿਆ, ਮੇਰਾ ਘਰ ਬਣਿਆ, ਮੇਰਾ ਘਰ ਬਣਿਆ, ਮੇਰਾ ਘਰ ਬਣਿਆ। ਜਿਹੜਾ ਵੀ ਆਨੰਦਪੁਰ ਨਹੀਂ, ਅਸੀਂ ਰਾਤੀ ਉੱਥੋਂ ਹੀ ਆਏ ਹਾਂ, ਸਾਰੀ ਰਾਤ ਫਿਰ ਜਿਨ੍ਹਾਂ ਨੇ ਸ਼ਰਧਾ ਚੈਨਲ ਲਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਬਿਤਾਈ, ਸ਼ੁਕਰ ਹੈ ਉਹਨਾਂ ਦਾ ਹੀ। ਤੇ ਇੱਕ ਸਾਲ ਨਹੀਂ, ਦੋ ਸਾਲ ਨਹੀਂ, ਦਸ ਨਹੀਂ, ਪੰਦਰਾਂ ਨਹੀਂ, ਅਠਾਰਾਂ ਨਹੀਂ, ਵੀਹ ਨਹੀਂ, ਬਾਈ ਨਹੀਂ, ਚੌਵੀ ਨਹੀਂ, ਉਨੱਤੀ ਸਾਲ ਆਪ ਰੱਬ, ਉਨੱਤੀ ਸਾਲ ਆਪ ਗੁਰੂ ਗੋਬਿੰਦ ਸਿੰਘ ਪਰਮੇਸ਼ਰ ਦਾ ਰੂਪ ਆਨੰਦਪੁਰ ਸਾਹਿਬ ਰਹੇ ਨੇ, ਉਨੱਤੀ ਸਾਲ। ਕਵਾਂਗੇ ਨੀ ਫਿਰ, ਮੇਰਾ ਘਰ ਬਣਿਆ, ਮੇਰਾ ਘਰ ਬਣਿਆ, ਮੇਰਾ ਘਰ ਬਣਿਆ, ਮੇਰਾ ਘਰ ਬਣਿਆ। 29 ਸਾਲ ਇੱਕ ਪੂਰਨ ਸ਼ਕਤੀ ਰਹੀ ਹੋ, ਔਰ ਕਿੱਡੀ ਵੱਡੀ ਉਸ ਆਨੰਦਪੁਰ ਸਾਹਿਬ ਜੀ ਦੀ ਮਹਾਨਤਾ,
ورلڈ وچ کتے مثال نہیں اس گل دی کہ آنندپور صاحب دی او ترتی ہے جتھوں بال اوستھا وچ گرو گوبند سنگھ جی نے اپنے پتا نو بھیجیا ہووے ساسنگ سیس دین دے لئی اے او ترتی آکھو ساتھ نو سال نو سال عمر اے میرا پیو بیٹھا گرو تیگ بہادر وہ للکڑیاں لے رہے نے کشمیر دے پنڈ ساڈے نال آ ہو رہی ہے آ ہو رہی ہے انہاں للکڑیاں نو بالک ادوں نہ گوبند رائے سن نہیں سکے پتا گرو نو کہندے کیوں رو رہے پتا جی کہندے نہ دھرم خطرے چ سوا من جنجو تول کے روٹی کھا رہا ایک ویلے دی اورنگ زیر کیویں بچ سکدا کہن لگے کسے پورن پرکھ نو سیس دینا پئے گا شہیدی دینی پئے گی بالک عمر نو سال کی ہوندی ہے کی جواب دیندے نے گرو تیگ بہادر صاحب جی نو آپ تو وڈا پورن پرک ہور کون ہو سکدا پھڑو انہاں دی باں آکھو سکدا یہ اترتی ہے ਉਹਨਾਂ ਨੂੰ ਇਹ ਪਤਾ ਨਹੀਂ ਸੀ ਜੇ ਮੈਂ ਇਹਨਾਂ ਨੂੰ ਸ਼ਹੀਦੀ ਲਈ ਭੇਜ ਰਿਹਾ ਮੇਰਾ ਆਪਣੀ ਆਪਣੀ ਮੇਰੀ ਮਾਤਾ ਸਿਰ ਦਾ ਸਾਈ ਜਾਏ ਗੱਲ ਕਹਿਣੀ ਕੀ ਜਾ ਰਹੇ ਹਾਂ ਕਿ ਆਨੰਦਪੁਰ ਸਾਹਿਬ ਦੀ ਧਰਤੀ ਐਡੀ ਵੱਡੀ ਭਾਗਾਂ ਵਾਲੀ ਧਰਤੀ ਹੈ جس ਧਰਤੀ ਤੋਂ ਇਹ ਖੁਸ਼ਬੂ ਆਉਂਦੀ ਏ ਸਤਿਗੁਰ ਸਭਨਾ ਦਾ ਭਲਾ ਮਨਾਏ ਜਿਸ ਧਰਤੀ ਤੋਂ ਆ ਖੁਸ਼ਬੂ ਆਉਂਦੀ ਏ ਸਤਿਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੇ ਬ੍ਰਹਮ ਇੱਕ ਉਹ ਧਰਤੀ ਜਿਸ ਧਰਤੀ ਤੋਂ ਆ ਖੁਸ਼ਬੂ ਆਉਂਦੀ ਏ ਨਾਨਕ ਨਾਮ ਚੜ੍ਹਦੀ ਕਲਾ ਉਹ ਤੇਰੇ ਭਾਣੇ ਉਹ ਧਰਤੀ ਜਿਸ ਧਰਤੀ ਤੋਂ ਆ ਖੁਸ਼ਬੂ ਆਉਂਦੀ ਏ ਜੋ ਸ਼ਰਨ ਆਵੇ ਉਹਨੂੰ ਕੰਠ ਲਾਉਣ ਵਾਲਾ ਆਖੋ ਸਤਨਾ ਇਹ 350 ਸਾਲਾ ਪਿਆਰ ਵਿੱਚ ਅੱਜ ਇੱਥੇ ਬੈਠੇ ਆ ਉੱਥੋਂ ਦੀ ਯਾਤਰਾ ਕਰਿਓ ਮੇਰਾ ਘਰ ਬਣਿਆ ਮੇਰਾ ਘਰ ਬਣਿਆ ਮੇਰਾ ਘਰ ਬਣਿਆ ਮੇਰਾ ਘਰ ਬਣਿਆ ਆਹਾ ਹਾ ਉਹ ਮੇਰਾ ਘਰ ਬਣਿਆ 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 ਆਨੰਦਪੁਰ ਸਾਹਿਬ ਜਿਹੜਾ 350 ਸਾਲਾ ਸਥਾਪਨਾ ਨੀ ਰੱਖੀ ਇਹ ਤੁਹਾਡਾ ਉਹ ਘਰ ਹੈ ਉਹ ਜਗ੍ਹਾ
جس جگہ تے سب تو وڈی دات گرو گوبند سنگھ جی نے ساتھ سنگت امرت دی دات چولی جی پائی او استھان سو نہار سور نار من جانے امرت کھوج دے سو امرت گر تے پایا امرت گر تے پایا امرت گر تے پایا سور نار من جانے امرت کھوج دے سو امرت گر تے پایا 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 ضرور چاتی پایا ساڈے تین سو سالا ستھاپنا دیوس آنندپور صاحب او جگہ جتھے گرو گوبند سنگھ مہاراج نے امرت دی دات چولی چ پائی جنوں دیوتے وی لوچ دے اسی پایا کہ نہیں کوئی بوجھ تھلے امرت چھک لوے چلو اسی انہوں بھی ماڑا نہیں کہندے بھی کوئی پتا نہیں کیڑے ویلے کن کا پریم دا آئی جاوے زندگی پر او آنندپور صاحب دی دھرتی جتھوں گرو گوبند سنگھ جی نے امرت دا چھٹا دتا امرت دی داد دتی اس امرت دی داد لئی ساڈے اندر دی پورن بھاونا دا کھانا بنے گرو گوبند سنگھ دا اے گاترا جیڑا ہے اینو پان ویلے بوجھ نہ آوے انج جپے انج جاپے کہ جویں گرو گوبند سنگھ دا بخشیا ہویا میں نو لکھا ہار سجا رہی ہوں گل پریم دی ساری کسے ایکٹر وال ویکھ کے کسے سیریل وال ویکھ کے کسے ڈرامے وال ویکھ کے ساڈے سر دی چونی نہ چلی جاوے اے سانو اپنے سر دی چونی وچ وی اینی بھاونا ہووے اے میں کپڑا دو میٹر دا سر تے نہیں لے رہی اے چنی دو میٹر دا کپڑا نہیں لے رہی اے چنی جڑی میں سر تے لے رہی ہوں ماتا صاحب کور دے دوویں ہاتھ سر تے رکھا رہی ہوں پریم سب کو جی پیار سب کو جی کسے ایکٹر کسے سیریل والے دے پروا ویٹ اے چلی جاوے کدا پریم پھر کدا پیار خالی پریت او دے بخشیا ہویا امرت کوئی بوجھ تھلے چھکدا چلو بھی ودائی ہے شکر ہے چلو ਉਹਦੇ ਲਈ ਭਾਵਨਾ ਬਣ ਜੇ
ਪ੍ਰੇਮ ਬਣ ਜੇ ਤਾਂ ਹੁਣ 13 ਜੂਨ ਅਰਦਾਸ ਹੋਈ ਹੈ ਜਪ ਤਪ ਦੀ ਤੇ ਨਾਲ ਦੋ ਦਿਨ ਵੱਧ ਪ੍ਰੋਗਰਾਮ ਰੱਖਿਆ ਸੀ 11 12 ਤੇ 13 ਇੱਕ ਭੈਣ ਜੀ ਬਠਿੰਡੇ ਵੱਲੋਂ ਆਏ ਸੀ ਉਹ 11 ਨੂੰ ਹੀ ਆ ਗਏ ਸੀ ਤੇ ਇੱਥੇ 3 ਦਿਨ ਉਹਨਾਂ ਨੇ ਹਾਜ਼ਰੀਆਂ ਆਪਣੇ 9 ਸਾਲ ਦੇ ਬੱਚੇ ਨੂੰ ਉਹਨੇ ਅੰਮ੍ਰਿਤ ਛਕਾਇਆ ਉਹ ਬੀਬੀ ਨੇ ਸ਼ਾਇਦ ਬਠਿੰਡੇ ਤੋਂ ਹੀ ਤੇ ਮੈਨੂੰ ਉਹ ਬੀਬੀ ਕਹਿੰਦੀ ਹੈ ਵੀ ਵੀਰ ਜੀ ਲੜੀਆਂ ਸੀ ਭੋਗ ਵੇਲੇ ਜਦੋਂ 2 ਮਿੰਟ ਮੇਲ ਸੰਗਤ ਵਿੱਚ ਹੀ ਹੋਇਆ ਕਹਿੰਦੀ ਵੀ ਜਦੋਂ ਇਹਨੂੰ ਮੈਂ ਅੰਮ੍ਰਿਤ ਛਕਾਇਆ ਤੇ 5 ਪਿਆਰੇ ਕਹਿੰਦੇ ਆ ਵੀ 9 ਸਾਲ ਦਾ ਬੱਚਾ ਤਾਂ ਅੰਮ੍ਰਿਤ ਛਕਾਉਣਾ ਤੂੰ ਇਹਦੀ ਮਾਂ ਹੈ ਜੇ ਤੂੰ ਜ਼ਿੰਮੇਵਾਰੀ ਲਵੇ 5 ਬਾਣੀਆਂ ਦੀ ਆ ਕੁਛ 9 ਸਾਲ ਦਾ ਬੱਚਾ 5 ਬਾਣੀਆਂ ਤੁਹਾਨੂੰ ਪਤਾ ਹੋ ਮੈਂ ਕਿਹਾ ਫਿਰ ਭੈਣ ਜੀ ਤੁਸੀਂ ਕੀ ਕੀਤਾ 5 ਪਿਆਰਿਆਂ ਨੇ ਜਦੋਂ ਕਿਹਾ ਵੀ ਤੁਸੀਂ ਜ਼ਿੰਮੇਵਾਰੀ ਲਓ ਵੀ ਤਾਂ ਅਸੀਂ ਇਹਨੂੰ ਛਕਾਉਣਾ ਹੈ ਜੀ ਕਹਿੰਦੀ ਮੈਂ ਹਾਂ ਕਰਤੀ ਸੁਣਿਓ ਕਹਿੰਦੀ ਮੈਂ ਹਾਂ ਕਰਤੀ ਤੇ ਕਹਿੰਦੀ ਵੀਰ ਜੀ ਜਪਜੀ ਸਾਹਿਬ ਆਪ ਕਰ ਲੈਂਦਾ ਤੇ ਜਾਪ ਸਾਹਿਬ ਤੇ ਤ੍ਰੈ ਪ੍ਰਸ਼ਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਵਾਲੇ ਤੇ ਸ੍ਰੀ ਚੌਪਈ ਸਾਹਿਬ ਤੇ ਆਨੰਦ ਸਾਹਿਬ ਵੱਡਾ ਕਹਿੰਦੀ ਇਹਨੂੰ ਮੈਂ ਕੋਲ ਵਾ ਲੈਂਦੀ ਹਾਂ ਸਕੂਲ ਜਾਣ ਤੋਂ ਪਹਿਲਾਂ ਤੇ ਚਾਰੇ ਬਾਣੀਆਂ ਬੋਲ ਕੇ ਇਹਨੂੰ ਮੈਂ ਕਹਿੰਦੀ ਹਾਂ ਬੱਚਿਆ ਮੈਂ ਬੋਲ ਦਿੰਦੀ ਹਾਂ ਤੂੰ ਬਹਿ ਕੇ ਕੋਲ ਸਰਵਣ ਕਰ ਮੇਰਾ 5 ਪਿਆਰਿਆਂ ਦਾ ਬਚਨ ਪੂਰਾ ਹੋ ਜਾਏ ਆਖੋ ਸਤ ਮੈਂ ਗੱਲ ਕਰ ਰਿਹਾ ਇੱਕ ਬੋਝ ਇੱਕ ਪ੍ਰੇਮ ਇਸ਼ਕ ਛੋਟੀ ਗੱਲ ਤੇ ਨਹੀਂ ਹੈਗੀ ਆਪਣਾ ਬੰਦਾ ਮੂੰਹ ਜਾਪ ਸਾਹਿਬ ਕਰੇ ਮੂੰਹ ਚ ਚੌਪਈ ਸਾਹਿਬ ਉਹ ਤੁਹਾਨੂੰ ਪਤਾ ਜਲਦੀ ਹੋ ਜਾਂਦਾ 5 ਬਾਣੀਆਂ ਦਾ ਕਈ ਅੱਧੇ ਘੰਟੇ ਆਰਾਮ ਨਾਲ ਕਰ ਲੈਂਦੇ ਹੁਣ ਉਹਨੂੰ ਬੱਚੇ ਕਰਕੇ ਬੋਲ ਕੇ ਸੁਣਾਉਣਾ ਵੀ 5 ਪਿਆਰਿਆਂ ਨਾਲ ਬਚਨ ਕੀਤਾ ਤੇ ਟਾਈਮ ਦੁੱਗਣਾ ਲੱਗਦਾ ਕਈ ਵਾਰੀ ਤੇ ਮੈਂ ਇੱਕ ਗੱਲ ਕਰ ਰਿਹਾ ਉਹ ਵੀ ਰੂਹਾਂ ਨੇ ਜਿਨ੍ਹਾਂ ਨੂੰ ਆਪ ਅੰਮ੍ਰਿਤ ਛਕਣਾ ਬੋਝ ਜਾਪਦਾ ਪਰ ਉਹ ਵੀ ਰੂਹਾਂ ਨੇ ਕਿ 9 ਸਾਲ ਦੇ ਬੱਚੇ ਨੂੰ ਵੀ ਛਕਾਇਆ ਉਹਨੂੰ ਵੀ 5 ਬਾਣੀਆਂ 5 ਪਿਆਰਿਆਂ ਦੇ ਅਨੁਸਾਰ ਅਜੇ ਛੋਟਾ ਆਪ ਕਰ ਨਹੀਂ ਸਕਦਾ ਸਿਰਫ ਜਪਜੀ ਸਾਹਿਬ ਕਰਦਾ ਬਾਕੀ ਸਰਵਣ ਕਰਾ ਰਹੀ ਹੈ ਕਿ ਉਸ ਮਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਨਹੀਂ ਖੁਸ਼ ਹੋਣਗੇ ਕਿ ਉਸ ਮਾਂ ਦੇ ਆਉਣ ਵਾਲੇ ਸਮੇਂ ਦੇ ਮਾੜੇ ਕਰਮਾਂ ਦੇ ਵਰਕੇ ਉਹ ਨਹੀਂ ਪਾੜਨਗੇ ਕਿ ਉਹਦੇ ਮਾੜੇ ਲੇਖ ਨਹੀਂ ਮਿਟਾਉਣਗੇ ਗੱਲ ਆ ਹੈ ਜਿਹੜਾ ਵਿੱਚੋਂ ਉਪਜਦਾ ਹੈ ਨਾ ਪ੍ਰੇਮ ਪ੍ਰੀਤ ਉਹਨੂੰ ਪਕੜੋ ਇੱਕ ਹੈ ਬੋਝ ਇੱਕ ਹੈ ਵੀ ਉਹ ਅੰਦਰੋਂ ਪ੍ਰੇਮ ਮੈਂ ਉਹ ਬੀਬੀ ਨੂੰ ਪੁੱਛਿਆ ਮੈਂ ਕਿਹਾ ਜੀ 5 ਪਿਆਰਿਆਂ ਨੇ ਕਿਹਾ ਇਹਨੂੰ ਜ਼ਿੰਮੇਵਾਰੀ ਤੁਸੀਂ ਲਓ ਤੁਸੀਂ ਲੈ ਵੀ ਲਈ ਤੇ ਨਿਭਾ ਵੀ ਰਹੇ ਹੋ ਮੈਂ ਕਿਹਾ ਭੈਣ ਜੀ ਤੁਸੀਂ ਮੈਨੂੰ ਕਿਉਂ ਗੱਲ ਸੁਣਾਈ ਮੈਨੂੰ ਗੱਲ ਸੁਣਾਉਣ ਦਾ ਕੀ ਮਕਸਦ ਕਹਿੰਦੀ ਮੈਂ ਤਾਂ ਸੁਣਾਈ 9 ਸਾਲ ਦਾ ਤੇ ਜਦੋਂ ਮੈਂ ਜਪਜੀ ਸਾਹਿਬ ਕਰ ਲੈਂਦਾ ਤੇ ਜਦੋਂ ਮੈਂ ਜਾਪ ਸਾਹਿਬ ਸੁਣਾਉਂਦੀ ਹਾਂ ਤੇ ਪ੍ਰਸ਼ਾਦ ਸਵਈਏ ਸੁਣਾਉਂਦੀ ਹਾਂ ਤੇ ਚੌਪਈ ਸਾਹਿਬ ਸੁਣਾਉਂਦੀ ਹਾਂ ਕਹਿੰਦੀ ਜਦੋਂ ਮੈਂ ਆਨੰਦ ਸਾਹਿਬ ਤੇ ਆਉਂਦੀ ਹਾਂ ਨਾ ਤੇ 5-7-8 ਪੌੜੀਆਂ ਲੰਘ ਜਾਂਦੀਆਂ ਤੇ ਕਹਿੰਦੀ ਹੈ ਛੋਟਾ ਤੇ ਝੋਕਾਂ ਲੈਣੀਆਂ ਸ਼ੁਰੂ ਕਰ ਦਿੰਦੀ ਹੈ 9 ਸਾਲ ਦਾ ਤੇ ਉਦੋਂ ਫਿਰ ਬੱਚਾ ਅਜੇ ਵੀ ਇਹਨੂੰ ਨੀਂਦ ਦਾ ਜ਼ੋਰ ਪੈ ਜਾਂਦਾ ਵੀ ਝੋਕਾਂ ਲੈਣੀਆਂ ਸ਼ੁਰੂ ਕਰ ਦਿੰਦਾ ਤੇ ਕਹਿੰਦੀ ਮੈਂ ਤੁਹਾਨੂੰ ਤਾਂ ਕਿਹਾ ਇਹਦੇ ਸਾਹਮਣੇ ਵੀ ਇਹਨੂੰ ਕਹੋ ਵੀ ਆਨੰਦ ਸਾਹਿਬ ਵੇਲੇ ਵੀ ਝੋਕਾ ਨਾ ਲਵੇ ਵੀ ਮੇਰਾ 5 ਪਿਆਰਿਆਂ ਦੇ ਬਚਨ ਦੇ ਵਿੱਚ ਕਿਤੇ ਕੋਈ ਵਿਘਨ ਨਾ ਪੈ ਜਾਵੇ ਆ ਹੈ ਇਸ਼ਕ ਆਖੋ ਸਾਹਿਬ ਆ ਪਿਆਰੇ
ਫਿਰ ਉਹ ਬੱਚਿਆਂ ਨੂੰ ਮੈਂ ਕਿਹਾ 9 ਸਾਲ ਦੇ ਮੈਂ ਕਿਹਾ ਵੀ ਤੂੰ ਕੋਈ ਨਹੀਂ ਛਿੱਟੇ ਮਾਰ ਲਿਆ ਕਰ ਨੰਦ ਸਾਹਿਬ ਤੋਂ ਬਾਅਦ ਕੋਲ ਜਲ ਰੱਖ ਲਿਆ ਕਰ ਭਾਵੇਂ ਖਲੋ ਕੇ ਸੁਣ ਲਿਆ ਕਰ ਮੰਮੀ ਸੁਣਾਈ ਜਾਵੇ ਥੋੜਾ ਫਿਰ ਤੁਰ ਲਿਆ ਕਰ ਕੋਈ ਗੱਲ ਨਹੀਂ ਛਿੱਟੇ ਮਾਰ ਲਿਆ ਕਰ ਸਿਰਫ ਗੱਲ ਨੂੰ ਸਮਝਿਓ ਇਹ ਗੱਲਾਂ ਕਿਉਂ ਇਹੋ ਜਿਹੀਆਂ ਬੀਤੀਆਂ ਸੱਚਾਈਆਂ ਆਪ ਜੀ ਦੇ ਚਰਨਾਂ ਚ ਰੱਖੀਆਂ ਜਾਂਦੀਆਂ ਕਿ ਜਿੰਨਾ ਅਸੀਂ ਵੀਰਵਾਰ ਆਉਂਦੇ ਹਾਂ ਇਹਦਾ ਮਕਸਦ ਕੀ ਹੈ ਐਸ ਇੱਕ ਬਾਰਡਰ ਹੈ ਬਸ ਉਹ ਪਾਰ ਕਰਨਾ ਉਹਨੂੰ ਪਾਰ ਕਰਨ ਲਈ ਆਉਂਦੇ ਹਾਂ ਵੀ ਉਹਦੇ ਨੇੜੇ ਜਾਈਏ ਬਾਰਡਰ ਪਾਰ ਕਰਨਾ ਉਹ ਬਾਰਡਰ ਤੋਂ ਉਰੇ ਕਈ ਵਾਰੀ ਕੀ ਹੁੰਦਾ ਬੋਝ ਹੁੰਦਾ ਅੱਛਾ ਕਰਨਾ ਪਊਗਾ ਅੱਛਾ ਹੈ ਉਹ ਜਦੋਂ ਬਾਰਡਰ ਪਾਰ ਕਰਦਾ ਬੰਦਾ ਅੱਗੇ ਕੀ ਹੈ ਜਿਨ ਪ੍ਰੇਮ ਕੀਓ ਤੇ ਨਹੀਂ ਬਸ ਉਹ ਜਦੋਂ ਪ੍ਰੇਮ ਦੀ ਖੇਡ ਵਰਤਦੀ ਏ ਉਹਦਾ ਅੰਮ੍ਰਿਤ ਵੀ ਪਿਆਰਾ ਲੱਗਦਾ ਉਹਦੀ ਕਿਰਪਾਨ ਵੀ ਪਿਆਰੀ ਲੱਗਦੀ ਏ ਉਹਦੀਆਂ ਪੰਜ ਬਾਣੀਆਂ ਵੀ ਪਿਆਰੀਆਂ ਲੱਗਦੀਆਂ ਉਹਦੇ ਕਕਾਰ ਵੀ ਪਿਆਰੇ ਲੱਗਦੇ ਕਹਿ ਦਿਓ ਗੱਜ ਕੇ ਸਤਨਾਮ ਇਹ ਜਿੰਨੀਆਂ ਸੰਗਤਾਂ ਅੱਜ ਪ੍ਰਕਰਨ ਤੇ ਲੱਗਣਾ ਸੀ ਭਾਗ 39ਵਾਂ ਪਰ ਹੁਣ ਇਹੋ ਹੀ ਗੁਰੂ ਸਾਹਿਬ ਚਲਾ ਦੇਣ ਜਿਹੜਾ ਹੁਣ ਅੱਜ ਵੀ ਦਿਨ ਵੀ ਹੈ ਕੱਲ 19 ਜੂਨ ਹੈ ਕੱਲ ਦਾ ਦਿਨ ਹੈ ਜਿਹੜਾ ਨੀਂਹ ਰੱਖੀ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਗੁਰਦਿੱਤਾ ਜੀ ਕੋਲੋਂ ਰਖਾਈ ਤੇ ਅੱਜ ਚਲੋ ਇਸ ਸੰਬੰਧ ਦੀ ਹਾਜ਼ਰੀ ਗੁਰੂ ਸਾਹਿਬ ਲਵਾ ਲੈਣ ਕਿਉਂਕਿ ਮੈਨੂੰ ਉਹ ਪਾਲ ਭੈਣ ਜੀ ਨੇ ਹੁਕਮ ਵੀ ਕੀਤਾ ਵੀ ਰਾਤ ਵਾਲਾ ਜ਼ਰੂਰ ਸੁਣਾਉਣਾ ਜਿਹੜਾ ਰਾਤੀ 1:30 ਵਜੇ ਉੱਥੇ ਕਿ 2 ਵਜੇ ਉਹ ਵੀ ਆਪਾਂ ਇੱਥੇ ਰਾਤੀ ਫਿਰ ਧਾਰਨਾ ਲੱਗੀ ਸੀ ਆਨੰਦਪੁਰ ਵਾਲੇ ਆ ਆਨੰਦ ਬਖਸ਼ੇ ਦੇ ਉਹ ਵੀ ਆਪਾਂ ਆਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ 10 ਕੁ ਮਿੰਟ ਉਹ ਆਨੰਦ ਵੀ ਜਿਹੜਾ ਨਾ ਝੋਲੀਆਂ ਡਣੀਆਂ ਆਨੰਦਪੁਰ ਵਾਲੇ ਆ ਆਨੰਦ ਬਖਸ਼ੇ ਦੇ ਆਖੋ ਸਤਨਾਮ ਐਨ ਰੱਗ ਲੱਗੀ ਪਈ ਹੈ ਜੀ ਮੈਂ ਤੇ ਆਪ ਕਈ ਵਾਰੀ ਸਿਮਰਨ ਚ ਬਹਿੰਦੇ ਆ ਨਾ ਬਾਣੀ ਜਿਹੜੇ ਬੰਦੇ ਫਿਰ ਤੁਹਾਨੂੰ ਪਤਾ ਵਿੱਚ ਸ਼ਰਾਰਤੀ ਵੀ ਹੁੰਦੇ ਆ ਝੂਠੇ ਵੀ ਹੁੰਦੇ ਆ ਸਾਰੇ ਵਿੱਚ ਕਈ ਬਰਾਦਰੀ ਨਾਲ ਲੈ ਕੇ ਚੱਲਣਾ ਪੈਂਦਾ ਉਹ ਫਿਰ ਜਦੋਂ ਉਹਨਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨਾ ਫਿਰ ਮੈਂ ਗੁਰੂ ਸਾਹਿਬ ਨੂੰ ਕਹਿੰਦਾ ਵੀ ਬਾਬਾ ਜੀ ਕਿੱਥੇ ਲੈ ਗਏ ਜੁੜਨਾ ਤੁਹਾਡੇ ਚਰਨਾਂ ਨਾਲ ਹੁਣ ਮੈਂ ਉਹ ਕੀ ਕਰਾਂ ਬਈ ਹੁਣ ਉਹ ਨਹੀਂ ਵਾਲਾ ਸੁਭਾਅ ਬਦਲਦਾ ਤੁਸੀਂ ਫਿਰ ਮੇਰੀ ਬਿਰਤੀ ਉਹਦੇ ਵੱਲ ਲੈ ਜਾਂਦੇ ਹੋ ਇਹਨੂੰ ਕਿਵੇਂ ਕੀ ਕਰਾਂ ਇਹਦੇ ਨਾਲ ਕਿਵੇਂ ਬਈ ਕਿਵੇਂ ਜ਼ਿੰਦਗੀ ਫਿਰ ਉਹਨੂੰ ਸੁਰਤੀ ਤੋਂ ਪਾਸੇ ਕਰੀਦਾ ਵੀ ਚਲੋ ਬਾਬਾ ਜੀ ਇਹਨੂੰ ਪਾਸੇ ਕਰੋ ਇਹਨੂੰ ਆਪਣੇ ਤੋਂ ਵੱਡਾ ਨਾ ਬਣਾਓ ਆਖੋ ਵੀ ਤੁਹਾਡੇ ਚਰਨ ਹੀ ਸਾਹਮਣੇ ਰਹਿਣ ਆਹ ਵੀ ਮੰਗਣਾ ਆਪਾਂ ਹੁਣ ਅਖੀਰ ਤੇ ਕਿ ਆਨੰਦਪੁਰ ਵਾਲੇ ਆ ਆਹ ਉਗਾਂ ਕੱਢਦੇ ਅੰਦਰੋਂ ਆਖੋ ਸਤਨਾਮ ਤੇ ਆਨੰਦ ਬਖਸ਼ ਦੇ ਅੱਜ ਫਿਰ ਇਹੀ 39ਵਾਂ ਭਾਗ ਫਿਰ ਅਗਲੀ ਵਾਰੀ ਬਾਬਾ ਜੀ ਸੇਵਾ ਲੈ ਲੈਣ ਤੇ ਗੱਲ ਚੱਲ ਰਹੀ ਸੀ ਇਹ 350 ਸਾਲਾਂ ਆਨੰਦਪੁਰ ਸਾਹਿਬ ਦਾ ਛੋਟੀ ਗੱਲ ਨਾ ਜਾਣੋ ਇਹ ਉਹ ਧਰਤੀ ਜਿਸ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੀਵੀਂ ਜਾਤ ਉੱਚੀ ਜਾਤ ਸਭ ਨੂੰ ਸੱਦਾ ਦਿੱਤਾ ਸਭ ਨੂੰ ਜਿਸ ਅੰਮ੍ਰਿਤ ਨੂੰ ਦੇਵਤੇ ਵੀ ਲੋਚਦੇ ਨੇ ਇਸ ਧਰਤੀ ਤੋਂ ਉਹ ਅੰਮ੍ਰਿਤ ਦੀਆਂ ਦਾਤਾਂ ਖੁੱਲੀਆਂ ਲੁਟਾਈਆਂ ਗਈਆਂ ਖੁੱਲੀ ਇਸ ਕਰਕੇ ਕਹਿਣਾ ਪਏਗਾ ਇਹ ਜਿੱਥੇ ਰਹਿੰਦੇ ਹੋ ਭਾਵੇਂ ਕੋਈ ਤੁਹਾਡੇ ਚੋਂ ਪੁਤਲੀ ਘਰ ਤੋਂ ਹੈ ਕੋਈ ਬਸੰਤ ਐਵਨਿਊ ਕੋਈ ਬਿਊਟੀ ਐਵਨਿਊ ਕੋਈ ਰਣਜੀਤ ਐਵਨਿਊ ਕੋਈ ਕਿਸੇ ਪਿੰਡ ਤੋਂ ਉਹ ਘਰ ਛੱਡਣੇ ਪੈਣੇ ਹੈ ਉਹ ਘਰ ਝੂਠੇ ਨੇ ਪਰ ਆਨੰਦਪੁਰ ਸਾਹਿਬ ਸਾਡੇ ਪਿਓ ਦਾ ਘਰ ਇਹ ਸਾਧ ਸੰਗਤ ਰਾਤੀ ਬਾਬਾ ਸੁਖਦੇਵ ਸਿੰਘ ਜੀ ਕਹਿ ਰਹੇ ਸੀ ਕਹਿੰਦੇ ਚੰਡੀਗੜ੍ਹ ਮਨਿਸਟਰ ਦੇ ਕਹਿਣ ਤੇ ਉਹਦੇ ਨਕਸ਼ਿਆਂ ਨਾਲ ਬਣਿਆ ਆਨੰਦਪੁਰ ਸਾਹਿਬ ਇੱਕ ਦਿਨ ਆਏਗਾ ਸਾਰੀ ਵਰਲਡ ਤੋਂ ਉੱਚਾ ਹੋਏਗਾ ਇਹ ਕਲਗੀਆਂ ਨੇ ਇਹ ਉਹਦੀ ਗੁਰੂ ਤੇਗ ਬਹਾਦਰ ਇਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੋਚਾਂ ਗੱਜ ਕੇ ਆਖੋ ਸਤਨਾਮ ਇਹ ਸਾਡਾ ਸੱਚਾ ਘਰ ਹੈ ਇਸ ਲਈ ਡੱਟ ਕੇ ਪੰਕਤੀ ਬੋਲੋ ਮੇਰਾ ਘਰ ਬਣਿਆ
ਮੇਰਾ ਘਰ ਬਣਿਆ ਮੇਰਾ ਘਰ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਮੇਰਾ ਘਰ ਬਣਿਆ ਮੇਰਾ ਘਰ ਧਰਤੀ ਪਈ ਹਰਿਆਵਲੀ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਹੈ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਮੇਰਾ ਘਰ ਬਣਿਆ ਮੇਰਾ ਘਰ ਬਣਿਆ ਮੇਰਾ ਘਰ ਬਣਿਆ ਘਰ ਬਣਿਆ ਸ਼ਰਧਾ ਲੈ ਆਇਓ ਬਸ ਇਹ ਉਹ ਘਰ ਜਿੱਥੇ ਦੈਂਤ ਸੀ ਗੁਰੂ ਤੇਗ ਬਹਾਦਰ ਮਹਾਰਾਜ ਤੂੰ ਆਨੰਦ ਬਣਾਤਾ ਇਹ ਉਹ ਘਰ ਜਿੱਥੇ ਸਾਧ ਸੰਗਤ ਜੀ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਬਾਲ ਅਵਸਥਾ ਆਨੰਦ ਸਾਹਿਬ ਜਵਾਨੀ ਸੁਣਾਇਆ ਆਨੰਦ ਬਣ ਗਿਆ ਆਨੰਦ ਬਣਤਾ ਇਹ ਉਹ ਘਰ ਜਿੱਥੇ 29 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਉਸੀ ਸਮਾਂ ਬਿਤਾਇਆ ਮੇਰਾ ਖਿਆਲ ਬਈ ਚਾਰ ਸਾਹਿਬਜ਼ਾਦਿਆਂ ਚੋਂ ਤਿੰਨ ਸਾਹਿਬਜ਼ਾਦਿਆਂ ਦਾ ਆਗਮਨ ਵੀ ਇਸੇ ਆਨੰਦ ਦੀ ਧਰਤੀ ਤੇ ਹੋਇਆ ਉਹ ਸਾਹਿਬਜ਼ਾਦੇ ਮੈਂ ਗੁਰੂ ਦੀ ਹਜ਼ੂਰੀ ਚ ਕਹਿੰਦਾ ਜੇ ਜਿਨ੍ਹਾਂ ਕੋਲ ਸਾਧ ਸੰਗਤ ਦਰਗਾਹ ਦੀਆਂ ਚਾਬੀਆਂ ਹੁਣ ਮੇਰਾ ਹੈ ਨਾ ਲਵੋ 29 ਸਾਲ ਗੁਰੂ ਗੋਬਿੰਦ ਸਿੰਘ ਰਹੇ ਉਹ ਮੇਰੀ ਮਾਤਾ ਗੁਜਰੀ ਉਹ ਵੀ ਰਹੇ ਉਹਨਾਂ ਦੀ ਘੱਟ ਕਮਾਈ ਕਿਤੇ ਕੋਈ ਹੈ ਬੀਬੀ ਆਪਣੇ ਜਿਹੋ ਜੀ ਚਲੋ ਅਸੀਂ ਉਹਨਾਂ ਦੀ ਰੀਸ ਨਹੀਂ ਪਰ ਉਹ ਮਾਂ ਹੀ ਹੈ 26 ਸਾਲ ਤਕਰੀਬਨ ਗੁਰੂ ਤੇਗ ਬਹਾਦਰ ਮਹਾਰਾਜ ਭੋਰਿਆਂ ਚ ਰਹੇ 4x4 ਦਾ ਥੜਾ ਸੀ ਅੰਦਾਜ਼ਾ ਲਿਖੇ ਬਾਬਾ ਬਕਾਲੇ ਆਹ ਕੋਈ ਛੋਟੀ ਗੱਲ ਹੈ 26 ਸਾਲ ਜਿਸ ਪੌੜੀ ਤੋਂ ਉਤਰ ਕੇ ਥੱਲੇ ਜਾਣਾ ਉਹ ਪੌੜੀ ਦੇ ਉੱਤੇ ਬਾਹਰ ਸਾਡੀ ਮਾਤਾ ਗੁਜਰੀ ਜੀ ਨੇ ਵੀ ਸਾਵਧਾਨ ਹੋ ਕੇ ਸਿਮਰਨ ਚ ਰਹਿਣਾ ਹਰ ਵੇਲੇ ਪਹਿਰਾ ਦੇਣਾ ਬੈਠੀ ਰਹਿਣਾ ਵੀ ਅੰਦਰੋਂ ਕੋਈ ਹੁਕਮ ਆ ਜੇ ਤੇ ਕਿਤੇ ਲੇਟ ਨਾ ਹੋ ਜਾਵੇ ਆ ਸਾਡੀ ਮੈਂ ਰਾਤੀ ਵੀ ਬੋਲਿਆ ਸੀ ਰਾਤੀ ਉੱਥੇ ਆਨੰਦਪੁਰ ਸਾਹਿਬ ਹੀ ਦਾਸ ਨੇ ਬੋਲਿਆ ਸੀ ਕਲਗੀਧਰ ਤੇ ਭਾਖੜਾ ਡੈਮ ਨੇ ਨਾ ਜਿੱਥੋਂ ਬੱਤੀ ਆਉਂਦੀ ਹੈ ਜੀ
ਮੁੜ ਕੇ ਛੋਟੇ ਛੋਟੇ ਹੋਰ ਸਟੇਸ਼ਨਾਂ ਤੇ ਫਿਰ ਸਾਡੇ ਘਰਾਂ 'ਚ ਉਹ ਤੇ ਫਿਰ ਆਪ ਨੇ ਸਿੱਧਾ ਹੀ ਰਾਬੀ ਦੇ ਦਾਸ ਨੇ ਰਾਤੀ ਵੀ ਬੋਲਿਆ ਸੀ ਘੱਟ ਧੰਨ ਮਾਤਾ ਗੁਜਰੀ ਵੀ ਨਹੀਂ ਘੱਟ ਚਾਰੇ ਸਾਹਿਬ ਜ਼ਿਆਦੇ ਵੀ ਨਹੀਂ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਸ਼ਹੀਦ ਸਿੰਘ ਵੀ ਸਾਧ ਸੰਗਤ ਮੈਂ ਤੇ ਕਈ ਵਾਰੀ ਇੰਨਾ ਆ ਜਾਂਦਾ ਬਈ ਇਸ ਤੋਂ ਵੱਡਾ ਵੀਰ ਕੌਣ ਹੋਊ ਸਾਡੇ ਤੋਂ ਸਿਰਫ ਸਾਨੂੰ ਫੈਲ ਲਾਉਣ ਦੀ ਜਾਚ ਆ ਜਾਏ ਬਸ ਵੀ ਆਪਣੇ ਗੁਰੂ ਕੋਲੋਂ ਫੈਲ ਲਾਉਣੀ ਕਿਵੇਂ ਫੈਲ ਦੇਣੀ ਕਿਵੇਂ ਆਪਣੇ ਦੁੱਖਾਂ ਦੀ ਦੁੱਖ ਹੀ ਹੁੰਦਾ ਜੀ ਗ੍ਰਸਤੀ ਬੰਦੇ ਆ ਉਹ ਫੈਲ ਲਾਉਣ ਦੀ ਜਾਚ ਆ ਜਾਏ ਆਖੋ ਸਤਿਨਾਮ ਕਿਵੇਂ ਬਾਣੀ ਦਾ ਪਹਿਰਾ ਲਾ ਕੇ ਕੜਾ ਪ੍ਰਸ਼ਾਦੀ ਦੇਗ ਲੈ ਕੇ ਕਿਵੇਂ ਉਹਦੇ ਅੱਗੇ ਤਰਲਾ ਪਾਉਣਾ ਹੈ ਕਿਵੇਂ ਜੋਦੜੀ ਕਰਨੀ ਮੈਂ ਤੇ ਅੰਦਰੋਂ ਕਹਿ ਰਿਹਾ ਭਲਾਈ ਕੇਂਦਰ ਵੀ ਉਸਾਰੀ ਹੋ ਰਹੀ ਹੈ ਨਾਲ ਦੀ ਜਗ੍ਹਾ ਜਿਹੜੀ ਉੱਥੇ ਵੀ ਥੋੜਾ ਭਲਾਈ ਕੇਂਦਰ ਵੱਡਾ ਹੋ ਰਿਹਾ ਮੇਰਾ ਤੇ ਬੜੀ ਵਾਰੀ ਮਨ ਆਉਂਦਾ ਵੀ ਹੁਣ ਜਿਹੜਾ ਨਵਾਂ ਥੋੜਾ ਜਿਹਾ ਬਣਨਾ ਤੇ ਇੱਕ ਕਮਰਾ ਇਹੋ ਜਿਹਾ ਬਣਾ ਦਈਏ ਵੀ ਜਿੱਥੇ ਚਾਰੇ ਸਾਹਿਬਜ਼ਾਦਿਆਂ ਦੇ ਆਸਣ ਲੱਗੇ ਹੋਣ ਉਹ ਆਸਣ ਅੱਗੇ ਬਹਿ ਕੇ ਸਾਡੀਆਂ ਸਾਰੀਆਂ ਮਤਾਵਾਂ ਭੈਣਾਂ ਜਦੋਂ ਆਪਾਂ ਲੜੀ ਰੱਖੀਏ ਉਹਦੇ ਅੱਗੇ ਬਹਿ ਕੇ ਵੀ ਸਾਧ ਸੰਗਤ ਮਾਲਾ ਫਿਰਦੀ ਆ ਹੁਣ ਸਿਮਰਨ ਚੱਲਦਾ ਹੋਵੇ ਗੱਜ ਕੇ ਕਹਿ ਦਿਓ ਸਤਿਨਾਮ ਮਾਤਾ ਦਾ ਵੀ ਆਸਣ ਲੱਗਾ ਹੋਵੇ ਗੁਜਰੀ ਦੇਖੋ ਕਿਆ ਆਨੰਦ ਬਣਦਾ ਗੱਜ ਕੇ ਆਖੋ ਸਤਿਨਾਮ ਫਿਰ ਜਦੋਂ ਤੁਸੀਂ ਮਾਲਾ ਫੇਰਨੀ ਹੈ ਫਿਰ ਜਿਹੜੀ ਮਰਜ਼ੀ ਫੈਲ ਵਿੱਚ ਲਵਾ ਲਓ ਆਖੋ ਸਤਿਨਾਮ ਫਿਰ ਜਿਹੜੀ ਮਰਜ਼ੀ ਫੈਲ ਲਾ ਦਿਓ ਕਹਿਣ ਤੋਂ ਭਾਵ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਵੀ ਚਾਰ ਸਾਹਿਬਜ਼ਾਦਿਆਂ ਨੂੰ ਵੀ ਛੋਟੀ ਮੋਟੀ ਹਸਤੀ ਨਾ ਜਾਣਿਓ ਉਹਨਾਂ ਕੋਲ ਵੀ ਦਰਗਾਹ ਦੀਆਂ ਕੁੰਜੀਆਂ ਨੇ ਉੱਥੇ ਵੀ ਕੋਈ ਫੈਲ ਲਾ ਦਿੰਦੇ ਹੋ ਨਾ ਬਾਬਾ ਅਜੀਤ ਸਿੰਘ ਜੀ ਆਹ ਪਰੇਸ਼ਾਨੀ ਹੈ ਕਰ ਦਿਓ ਕਿਰਪਾ ਫਾਈਲ ਭਾਵੇਂ ਉਹ ਜਾਣਨ ਕਿੱਥੋਂ ਉੱਥੋਂ ਸਾਈਨ ਕਰਾ ਕੇ ਉਹਨਾਂ ਲਿਆਉਣੀ ਆਖੋ ਸਤਨਾ ਉਹਨਾਂ ਦਾ ਕੀ ਸਿਸਟਮ ਹੈ ਵੀ ਫਾਈਲ ਇੱਥੇ ਵੀ ਲਾ ਦਈਏ ਸਾਡੇ ਦੁੱਖਾਂ ਦੀ ਪੰਡ ਤਾਂ ਵੀ ਉਤਰ ਜਾਂਦੀ ਗੱਜ ਕੇ ਕਹਿ ਦਿਓ ਸਤਨਾ ਇਹ ਉਹ ਧਰਤੀ ਸਾਡੇ 300 ਸਾਲਾਂ ਸਥਾਪਨਾ ਦਿਵਸ ਅੱਜ ਅਸੀਂ ਇੱਥੇ ਪਿਆਰ ਤੇ ਮਨਾ ਰਹੇ ਹਾਂ ਸਮਝ ਲਓ ਇਹ ਬੀਬੀ ਵੀ ਭਾਗਾਂ ਲਈ ਜਿਸ ਬੀਬੀ ਦੇ ਪ੍ਰੋਗਰਾਮ ਹੋ ਰਿਹਾ ਨਹੀਂ ਤੇ ਕਾਪੀ ਕੁਝ ਹੋਰ ਰੱਖੀ ਅੱਗੇ ਸੋਚਿਆ ਕੁਝ ਹੋਰ ਹੋਇਆ ਚੱਲ ਇੱਧਰ ਪਿਆ ਕੰਮ ਤੇ ਮਤਾ ਕਰੇ ਪੂਰਬ ਕੇ ਤਾਈ ਪੱਛਮ ਹੀ ਲੈ ਜਾ ਉਹ ਕਹਿੰਦੇ ਸਾਡੇ ਸਾਡਾ 350 ਸਾਲਾਂ ਤੈਨੂੰ ਆਪਣੇ ਸਵਾਲ ਜਵਾਬ ਦੀ ਪਈ ਹੈ ਉਹਨਾਂ ਨੇ ਉਧਰ ਲੈ ਗਏ ਹੈਂਡਲ ਮੋੜ ਕੇ ਤੇ ਇਹ ਜਿੰਨੀਆਂ ਸੰਗਤਾਂ 'ਚ ਬੈਠੀਆਂ ਜੇ ਹੁਣ ਜਿੱਦਣ ਬਣੇ ਪ੍ਰੋਗਰਾਮ ਸ੍ਰੀ ਆਨੰਦਪੁਰ ਸਾਹਿਬ ਜਾਣ ਦਾ ਅੱਜ ਦੇ ਦਿਮਾਗ 'ਚ ਸੁਣ ਕੇ ਐਸ ਵਿਚਾਰ ਨਾਲ ਜਾਇਓ ਕਿ ਇਹ ਉਹ ਧੰਨ ਧਰਤੀ ਹੈ 29 ਸਾਲ ਪਿਤਾ ਜੀ ਦਾ ਉੱਥੇ ਸਾਧ ਸੰਗਤ ਸਰੀਰ ਕਰਕੇ ਵਿਚਰਨਾ ਨਾਲ ਸਾਡੀ ਮਾਤਾ ਦਾ ਇਹ ਉਹ ਧਰਤੀ ਜਿੱਥੇ ਬੜੀ ਵੱਡੀ ਬਾਤ ਹੈ ਇੱਕ ਪਿਓ ਨੂੰ ਸ਼ਹੀਦੀ ਲਈ ਤੋਰਨਾ ਛੋਟੀ ਜਿਹੀ ਧਰਤੀ ਉਹ ਧਰਤੀ ਜਿੱਥੋਂ ਪਿਤਾ ਨੂੰ ਤੋਰਨਾ ਸ਼ਹੀਦੀ ਦੇ ਲਈ ਉਹ ਧਰਤੀ ਜਿੱਥੇ ਆਨੰਦ ਸਾਹਿਬ ਬੋਲ ਕੇ ਤੇ ਇਹੋ ਜਿਹਾ ਆਨੰਦ ਵਰਤਾ ਦੇਣਾ ਜੁਗਾਂ ਜੁਗਾਂ ਲਈ ਉਹ ਧਰਤੀ ਜਿੱਥੇ ਦੇਵਤੇ ਅੰਮ੍ਰਿਤ ਲੋਚਦੇ ਨੇ ਉਹ ਅੰਮ੍ਰਿਤ ਦੀ ਦਾਤ ਉੱਥੇ ਦੇਣੀ ਤੇ ਉਹ ਧਰਤੀ ਜਿਸ ਧਰਤੀ ਤੇ ਉਹ ਜਿਨ੍ਹਾਂ ਕੋਲ ਦਰਗਾਹ ਦੀਆਂ ਚਾਬੀਆਂ ਉਹ ਚਾਰ ਸਾਹਿਬਜ਼ਾਦਿਆਂ ਵਿੱਚੋਂ ਤਿੰਨ ਸਾਹਿਬਜ਼ਾਦਿਆਂ ਦਾ ਆਗਮਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਹੈ ਜੀ
ਜਿੱਥੇ ਇੱਕ ਨਵੇਕਲੀ ਬਾਤ ਆਪੇ ਗੁਰ ਚੇਲਾ ਜਿਹੜੀ ਲੱਭਦੀ ਹੋਈ ਨਹੀਂ ਆਪ ਮਾਲਕ ਕਵੇ ਮੈਨੂੰ ਵੀ ਅੰਮ੍ਰਿਤ ਦੀ ਦਾਤ ਇਹ ਉਹ ਧਰਤੀ ਕੈਸੀ ਗਰੀਬੀ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਆਪੇ ਗੁਰੂ ਆਪੇ ਚੇਲਾ ਇਹ ਉਹ ਧਰਤੀ ਜਿਸ ਧਰਤੀ ਤੇ ਹੁਣ ਮੈਨੂੰ ਕਹਿ ਲੈਣ ਦੇਣਾ ਖਾਲਸੇ ਦੀ ਸਾਜਨਾ ਹੋਈ ਗੱਜ ਕੇ ਆਖੋ ਸਤਿਗੁਰੂ ਇਹ ਉਹ ਧਰਤੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਇਹ ਉਹ ਧਰਤੀ ਜਿੱਥੇ ਖਾਲਸੇ ਦੀ ਸਾਜਨਾ ਔਰ ਸੰਗਤ ਜੀ ਜਿਹਨੂੰ ਕਹਿੰਦੇ ਰਣਜੀਤ ਨਗਾਰਾ ਇਹ ਧਰਤੀ ਤੋਂ ਸ਼ੁਰੂ ਹੋਇਆ ਆਪੋ ਸਾਧਨ ਕਹਿੰਦੇ ਜਦੋਂ ਬਾਬਾ ਜੀ ਦਾ ਕਲਗੀਆਂ ਵਾਲੇ ਦਾ ਰਣਜੀਤ ਨਗਾਰਾ ਵੱਜਦਾ ਸੀ ਨਾ ਦੂਰ ਦੂਰ ਤੱਕ ਪਹਾੜੀਆਂ ਤੇ ਮੁਗਲਾਂ ਤੇ ਪਹਾੜੀ ਰਾਜਿਆਂ ਨੂੰ ਸਾਧ ਸੰਗਤ ਚਿੰਤਾ ਪੈ ਜਾਂਦੀਆਂ ਸੀ ਰਣਜੀਤ ਨਗਾਰੇ ਦੀ ਸ਼ੁਰੂਆਤ ਵੀ ਇਸੇ ਧਰਤੀ ਤੋਂ ਗੱਜ ਕੇ ਕਹਿ ਦਿਓ ਸਤਨਾਮ ਇਹ ਉਹ ਧਰਤੀ ਇਹ ਗੱਲ ਚੰਗੀ ਲੱਗੇ ਵੇਖ ਲਿਓ ਪਿਤਾ ਜੀ ਨੇ ਨਾਂ ਰੱਖਿਆ ਚੱਕ ਨਾਨਕੀ ਆਨੰਦ ਨਾਲ ਆਨੰਦ ਆਨੰਦ ਵਰਤ ਗਿਆ ਨਾਂ ਰੱਖਤਾ ਆਨੰਦਪੁਰ ਸਾਹਿਬ ਤੇ ਹੁਣ ਤਖ਼ਤ ਦਾ ਨਾਂ ਗੁਰੂ ਗੋਬਿੰਦ ਸਿੰਘ ਵੇਖੋ ਆਪਣੇ ਪਿਤਾ ਦੇ ਨਾਂ ਤੇ ਨਹੀਂ ਸੀ ਰੱਖਦਾ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ ਹੋਵੇ ਉਹਦਾ ਨਾਂ ਅੰਮ੍ਰਿਤ ਗੜ ਨਹੀਂ ਸੀ ਰੱਖ ਸਕਦਾ ਖਾਲਸੇ ਦੀ ਸਾਜਣਾ ਕੀਤੀ ਹੋਵੇ ਉਹਤੇ ਉਹਦਾ ਨਾਂ ਖਾਲਸੇ ਦਾ ਗੜ ਨਹੀਂ ਸੀ ਰੱਖ ਸਕਦੇ ਇਹ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਉਹ ਮੈਸੇਜ ਦਿੱਤਾ ਉਹ ਦੁਨੀਆ ਵਾਲੇ ਉਹ ਮੇਰੇ ਸਿੱਖੋ ਮੇਰੀ ਉਹ ਧੀਓ ਕਿਸੇ ਵੱਲ ਵੇਖ ਕੇ ਆਈਬ੍ਰੋ ਨਾ ਬਣਾ ਲਿਓ ਕਿਸੇ ਵੱਲ ਵੇਖ ਕੇ ਰੋਮਾਂ ਨੂੰ ਨਾ ਕੱਟਿਓ ਮੈਂ ਇਸ ਤਖ਼ਤ ਦਾ ਨਾਂ ਪਿਓ ਦੇ ਨਾਂ ਤੇ ਵੀ ਰੱਖ ਸਕਦਾ ਸੀ ਪਿਤਾ ਦੇ ਖਾਲਸੇ ਦਾ ਗੜ ਵੀ ਰੱਖ ਸਕਦਾ ਸੀ ਅੰਮ੍ਰਿਤ ਦਾ ਗੜ ਵੀ ਰੱਖ ਸਕਦਾ ਸੀ ਪਰ ਇੱਕ ਸੁਨੇਹਾ ਦੇ ਦਿੱਤਾ ਵੇਖ ਲਓ ਮੈਨੂੰ ਕੇਸਾਂ ਨਾਲ ਕਿੰਨਾ ਪਿਆਰ ਏ ਮੈਂ ਇਹ ਤਖ਼ਤ ਦਾ ਨਾਂ ਹੀ ਸ਼੍ਰੀ ਕੇਸਗੜ ਸਾਹਿਬ ਰੱਖ ਵਾਹ ਵਾਹ ਕੋਈ ਬੈਟਰੀ ਚਾਰਜ ਹੋ ਜਾਏ ਅੱਜ ਛੱਡ ਦਿਓ ਉਸ ਰੋਮਾਂ ਦੀ ਕੇਸ ਗੜ ਨਾ ਦੇਖੋ ਇੱਕ ਮੈਸੇਜ ਦੇਤਾ ਨਾ ਵੀ ਵੇਖ ਲੈ ਮੇਰਾ ਕਿੰਨਾ ਪਿਆਰ ਏ ਇਹਦੇ ਨਾਲ ਕੇਸਾਂ ਨਾਲ ਉਹ ਮੇਰਾ ਘਰ ਬਣਿਆ ਮੇਰਾ ਘਰ ਬਣਿਆ ਆਨੰਦਪੁਰ ਸਾਹਿਬ ਜਾਇਓ ਹੁਣ ਅੱਜ ਤੋਂ ਬਾਅਦ ਇੰਜ ਭਾਵਨਾ ਨਾਲ ਜਾਇਓ ਹੈ ਤਾਂ ਬਹੁਤ ਕੁਝ ਹੁਣ ਜਾਣੇ ਅਸੀਂ ਤਾਂ ਦੁਨਿਆਵੀ ਜੀਵ ਆ ਨਾ ਜੋ ਕੁਝ ਸਾਹਮਣੇ ਗੁਰੂ ਨੇ ਬੁਲਾਇਆ ਤਾਂ ਮੈਂ ਖੀਰਲੀ ਗੱਲ ਕਹਿ ਰਿਹਾ ਦੁਨਿਆਵੀ ਕਰਕੇ ਨਹੀਂ ਤੇ ਖੀਰ ਤੇ ਹੈ ਨੀ ਇੱਥੇ ਸਾਡੇ ਦੁਨਿਆਵੀ ਮੁਤਾਬਕ ਹੁਣ ਖੀਰਲੀ ਗੱਲ ਕਹਿ ਰਿਹਾ ਇਹ ਆਨੰਦਪੁਰ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਗੁਰੂ ਨੇ ਇਹ ਸੁਨੇਹਾ ਦੇ ਦਿੱਤਾ ਓਏ ਮੈਂ ਜੰਗਾਂ ਵੀ ਕਰ ਰਿਹਾ ਜਿੱਥੇ ਗੁਰੂ ਨੇ ਆ ਸੁਨੇਹਾ ਦੇ ਦਿੱਤਾ ਓਏ ਮੈਂ ਜੰਗਾਂ ਵੀ ਕਰ ਰਿਹਾ ਪਰ ਮੇਰੇ ਸਿੱਖੋ ਸੁਣ ਲਓ
میرا ویر کسے نال نہیں میرا ویر کسے نال نہیں ویر نہ رکھیو جنگاں کر رہے ہیں جلم نو روکن لئی اے ترتی نند پور صاحب دی او ترتی وڈی پاگاں والی جتھوں گرو نے میسج دیتا نیریاں جنگاں نہ ویکھی میرا سکھ بھائی کنہیا او جدوں پانی پیاندا ہے دشمناں نو جنوں اسی تیر مار دیاں پھر ٹھا دیندا اونوں میں پانی پیان تو روکیا نہیں نال ملم دی ڈبی دیتی ہے بھی ملم وی لا رہیا گا تو ہی لا رہیا گا اے او ترتی جتھوں گرو نے ایک دس دتا میسج میری خوشی کتھے ہے میری پرسنتا کتھے ہے گر پورا نرویر ہے نندک دکھی جتھوں گرو نے دس دتا نہ کو بیری سگل سنگ ہم کو بڑے آئی کہ ہون پانچ سات منٹ کوئی نہ اٹھے ہو کیوں آپ فائلاں لڑی ہیں اپنی آنکھوں ساتھ میں آج ستھاپنا دیوس ہے تے دنیاوی جیو تے ہن اینو سمپورن کر کے پھر سارے نے او دھارنا دے نال وچ پرمان جدا دل کرے دیو اپنی فائلاں لائیو میرا گھر بنیا میرا گھر بنیا